ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਮੋਹਾਲੀ ਤੋਂ ਹਲਕਾ ਇੰਚਾਰਜ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ, ਸਾਬਕਾ ਡੀਸੀ ਮੋਹਾਲੀ, ਉਹਨਾਂ ਵੱਲੋਂ ਫੇਸ 3 ਦੀ ਮਾਰਕੀਟ ਦੇ ਵਿੱਚ ਹਰਮਨਪ੍ਰੀਤ ਸਿੰਘ ਪ੍ਰਿੰਸ MC ਅਤੇ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਮੋਹਾਲੀ, ਉਹਨਾਂ ਦੀ ਅਗਵਾਈ ਦੇ ਵਿੱਚ ਹਰਾ ਭਰਾ ਸ਼ਹਿਰ ਨੂੰ ਬਣਾਉਣ ਵਾਸਤੇ ਇਸ ਫੇਸ 3 ਦੀ ਮਾਰਕੀਟ ਦੇ ਵਿੱਚ ਦਰਖਤ ਲਗਾਏ ਗਏ, ਜਿਹਦੇ ਵਿੱਚ ਇੱਥੋਂ ਦੇ ਸਾਰੇ ਲੀਡਰ ਸਾਹਿਬਾਨ, ਜਿਨ੍ਹਾਂ ਦੇ ਵਿੱਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਅਵਿਆਣਾ ਅਤੇ ਸਰਕਲ ਮੋਹਾਲੀ ਦੇ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਕਲੇਰ, ਬਲਜਿੰਦਰ ਸਿੰਘ ਬੇਦੀ ਅਤੇ ਹੋਰ ਬਹੁਤ ਮਾਰਕੀਟ ਦੇ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਪ੍ਰਬੰਧਤੀ ਸੱਜਣ ਵਰਕਰ ਸਾਹਿਬਾਨ ਹਾਜ਼ਰ ਹੋਏ। ਅੱਜ ਅਸੀਂ ਸਾਡੇ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਮੋਹਾਲੀ ਵਿਖੇ ਸ਼ਹਿਰੀ ਨੇ ਇਹ ਬਹੁਤ ਵੱਡਾ ਉੱਦਮ ਕੀਤਾ ਹੈ ਵੀ ਪਲਾਂਟੇਸ਼ਨ ਹੈ ਜੋ ਹਰੇਵਾਈ ਹੈ ਸ਼ਹਿਰ ਦੇ ਵਿੱਚ, ਗ੍ਰੀਨਰੀ ਹੈ, ਪਲਾਂਟੇਸ਼ਨ ਦੇ ਬਾਰੇ ਬਹੁਤ ਵੱਡਾ ਕਦਮ ਚੁੱਕਿਆ ਹੈਗਾ ਇਹਨਾਂ ਨੇ। ਬਾਰਿਸ਼ ਦੇ ਦੌਰਾਨ ਅਸੀਂ ਸ਼ੁਰੂਆਤ ਕੀਤੀ ਹੈਗੀ। ਮੈਂ ਵੀ ਹਮੇਸ਼ਾ ਹੀ ਇਹਨਾਂ ਨੂੰ ਪ੍ਰੇਰਣਾ ਇਹੀ ਦਿੰਦਾ ਰਿਹਾ ਸੀਗਾ ਹਮੇਸ਼ਾ, ਮੇਰੇ ਵੱਲੋਂ ਵੀ ਬੱਚਿਆਂ ਨੂੰ ਵੀ, ਖਾਸ ਤੌਰ ਦੇ ਉੱਤੇ, ਵੀ ਸਭ ਤੋਂ ਜ਼ਰੂਰੀ ਇਹ ਕੰਮ ਹੈ ਵੀ ਆਪਾਂ ਉਹ ਚੀਜ਼ਾਂ ਨੂੰ ਟੱਚ ਕਰੀਏ ਜਿਨ੍ਹਾਂ ਦੇ ਨਾਲ ਲੋਕਾਂ ਦਾ ਸਿੱਧਾ ਤਾਲੁਕ ਹੈ, ਉਹਨਾਂ ਦੀ ਜ਼ਿੰਦਗੀ ਦੇ ਨਾਲ ਤਾਲੁਕ ਹੈ, ਸਾਫ਼ ਸੁਥਰੇ ਜੀਵਨ ਦੇ ਨਾਲ ਤਾਲੁਕ ਹੈ, ਆਉਣ ਵਾਲੀਆਂ ਜਨਰੇਸ਼ਨਸ ਦੀ ਬਿਹਤਰੀ ਦੇ ਲਈ ਤਾਲੁਕ ਹੈ। ਸੋ ਅੱਜ ਜਿਹੜਾ ਅੱਜ ਅਸੀਂ ਇਹ ਸ਼ੁਰੂਆਤ ਕੀਤੀ ਹੈਗੀ, ਮੈਂ ਇਹਨਾਂ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਬਹੁਤ ਵਧਾਈ ਦਿੰਦਾ, ਔਰ ਹੋਰ ਵੀ ਹਰ ਜਗ੍ਹਾ 'ਤੇ, ਚਾਹੇ ਉਹ ਸਾਡੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਯੂਥ ਹੈ, ਸਾਰਾ ਵੱਡੀ ਪਾਰਟੀ ਹੈ, ਇਹ ਤਾਂ ਕਰਨਗੇ ਹੀ ਸਾਰਾ ਇਹ। ਬਾਕੀਆਂ ਨੂੰ ਵੀ ਮੈਂ ਤਾਂ ਇਹ ਕਹੂੰਗਾ ਵੀ ਬਾਕੀ ਚੀਜ਼ਾਂ ਤੋਂ ਉੱਪਰ ਉੱਠ ਕੇ ਹੁਣ ਇਸ ਚੀਜ਼ ਦਾ ਫਾਇਦਾ ਉਠਾਇਆ ਜਾਵੇ, ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ ਔਰ ਉਸ ਪਲਾਂਟੇਸ਼ਨ ਨੂੰ ਆਪ ਜੀਵਿਤ ਰੱਖਿਆ ਜਾਵੇ, ਇਹੋ ਜਿਹੇ ਤਰੀਕਾ ਅਪਣਾਇਆ ਜਾਵੇ ਤਾਂ ਕਿ ਇਹਨਾਂ ਨੂੰ ਪ੍ਰੀਵੈਂਟ ਕੀਤਾ ਜਾਵੇ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਇਹ ਮਰਨ ਨਾ, ਇਹ ਪੌਦੇ ਵਧਣ ਫੁੱਲਣ, ਔਰ ਇਸੇ ਤਰੀਕੇ ਦੇ ਨਾਲ ਮਾਰਕੀਟਾਂ ਦੀ ਜਿਹੜੀ ਖੂਬਸੂਰਤੀ ਹੈ ਉਹ ਵੀ ਹੈ ਜਿਹੜੀ ਉਹ ਵਧੇ। ਔਰ ਖਾਸ ਤੌਰ ਦੇ ਉੱਤੇ ਮੈਂ ਵੇਖ ਕੇ ਆਇਆ ਬਾਹਰ ਵੀ ਕਿੰਨੀ ਵੱਡੀ ਗ੍ਰੀਨ ਕਵਰ ਹਰ ਜਗ੍ਹਾ ਦੇ ਉੱਤੇ ਹੈ। ਸੋ ਜਿਹੜੀ ਜਿਹੜੀ ਡਿਵੈਲਪਮੈਂਟ ਦੇ ਨਾਲ ਅਗਰ ਦਰਖਤ ਕੱਟਣੇ ਵੀ ਪੈਂਦੇ ਹੈ, ਮੰਨਿਆ ਇਹ ਜ਼ਰੂਰ ਹੈਗਾ ਕਿਤੇ ਸੜਕਾਂ ਬਣਨੀਆਂ ਹੈ, ਕਿਤੇ ਹੋਰ ਡਿਵੈਲਪਮੈਂਟ ਹੋਣੀ ਹੈ, ਅਤੇ ਜਿੱਥੇ ਕਿਤੇ ਇੱਕ ਦਰਖਤ ਪੱਟਿਆ ਜਾਂਦਾ ਹੈ ਤਾਂ ਮੇਰੇ ਹਿਸਾਬ ਦੇ ਵਿੱਚ ਘੱਟ ਤੋਂ ਘੱਟ ਵੀ 20-25 ਦਰਖਤ ਹੋਰ ਉਹਦੀ ਜਗ੍ਹਾ ਦੇ ਉੱਤੇ ਲੱਗ ਜਾਣੇ ਚਾਹੀਦੇ ਹੈ। ਸੋ ਮੈਂ ਅੱਜ ਇਹਨਾਂ ਬੱਚਿਆਂ ਨੂੰ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸ਼ਹਿਰੀ ਪ੍ਰਧਾਨ ਜੀ ਨੂੰ, ਪ੍ਰਿੰਸ ਜੀ ਨੂੰ, ਇਹਨਾਂ ਦੀ ਸਾਰੀ ਟੀਮ ਨੂੰ, ਸਾਡੀ ਅਕਾਲੀ ਦਲ ਅਤੇ BJP ਦੀ ਲੀਡਰਸ਼ਿਪ ਹੈ, ਮੈਡਮ ਵੀ ਨਾਲ ਆਏ ਹੋਏ ਆ, ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਔਰ ਮੈਂ ਉਮੀਦ ਕਰਦਾ ਵੀ ਅਗਲੇ  10-15 ਦਿਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਮੁਹਿੰਮ ਹੈ ਜਿਹੜੀ ਇਹ ਬਹੁਤ ਤੇਜ਼ੀ ਨਾਲ ਚਲਾਈ ਜਾਏਗੀ ਸਾਡੀ ਪਾਰਟੀ ਵੱਲੋਂ ਖਾਸ ਤੌਰ ਦੇ ਉੱਤੇ, ਔਰ ਦੂਜਿਆਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਇਸ ਨੂੰ ਚਲਾਓ। ਧੰਨਵਾਦ।